ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੇਤੀ ਉਦਯੋਗ ਪੂਰੇ ਭਾਰਤ ਦੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਆ ਜਿੱਥੇ ਉੱਥੇ ਜਿਹੜੇ ਨਕਲੀ ਪੜਾਗਟਾਂ ਨਕਲੀ ਕੀਟਨਾਸ਼ਕਾ ਉਹ ਕਿਸਾਨਾਂ ਨੂੰ ਕਾਫੀ ਖਤਰਿਆਂ ਦਾ ਉਹਨਾਂ ਕਰਕੇ ਸਾਹਮਣਾ ਕਰਨਾ ਪੈਂਦਾ ਵਾ ਸੋ ਇਸ ਤਰ੍ਹਾਂ ਹੀ ਇੱਕ FICI ਭਾਰਤ ਦੀ ਆਰਗੇਨਾਈਜੇਸ਼ਨ ਆ ਜਿਹਦੇ ਅਧਿਐਨ ਅਨੁਸਾਰ 2013 ਵਿੱਚ 3200 ਕਰੋੜ ਰੁਪਏ ਦੇ ਨਕਲੀ ਪੈਸਟੀਸਾਈਡ ਮਾਰਕੀਟ ਦੇ ਵਿੱਚੋਂ ਮਿਲੇ ਸੀ ਉਦੇ ਵਿੱਚ ਉਸ ਹਾਵ ਨਾਲ 25% ਬਣ ਜਾਂਦਾ ਵਾ ਨਕਲੀ ਪ੍ਰੋਡਕਟਾਂ ਦਾ ਇਸ ਸੰਸਾਦ ਦਾ ਧਿਆਨ ਇਹ ਦਰਸਾਉਂਦਾ ਸੀਗਾ ਕਿ 2019 ਤੱਕ ਜਿਹੜੇ ਕੀਟਨਾਸ਼ਕਾ ਉਹਨਾਂ ਵਿੱਚ 40% ਤੱਕ ਜਿਹੜੇ ਡੁਪਲੀਕੇਟ ਹੋ ਜਾਣਗੇ ਤੇ 60%オリジナル ਬਣਨਗੇ ਸੋ ਅੱਜ ਦੀ ਵੀਡੀਓ ਐਮਈ ਸਟਾਰ ਟਾਪ ਦੇ ਅਲਟਰਨੇਟਿਵ ਬਾਰੇ ਆ ਸੋ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਖੇਤੀ ਸਬੰਧੀ ਆਉਣ ਵਾਲੀਆਂ ਜਾਣਕਾਰੀਆਂ ਆਪਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਂਝੀਆਂ ਕਰ ਸਕੀਏ ਆਪਾਂ ਐਮਈ ਸਟਾਰ ਟਾਪ ਫੰਗੀਸਾਈਡ ਦੀ ਫੁੱਲ ਡਿਟੇਲ ਦੇ ਵਿੱਚ ਇੱਕ ਵੀਡੀਓ ਪਾਈ ਸੀ ਅਗਰ ਉਸ ਬਾਰੇ ਫੁੱਲ ਜਾਣਕਾਰੀ ਚਾਹੀਦੀ ਹੈ ਤਾਂ ਸਕਰੀਨ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਤੇ ਜਿੱਥੇ ਕੀਟਾਂ ਦੀ ਪ੍ਰੋਬਲਮ ਹੱਲੇ ਘਟਾ ਉੱਥੇ ਫੰਗਸ ਦੀ ਪ੍ਰੋਬਲਮ ਝੋਨੇ ਵਿੱਚ ਜ਼ਿਆਦਾ ਆਈ ਹੋਈ ਹੈ ਇੱਕ ਮੌਸਮੀ ਉਦਾਂ ਦਾ ਬਣਿਆ ਹੋਇਆ ਵਾ ਸੋ ਇਸ ਟਾਈਮ ਦੇ ਉੱਤੇ ਆਪਣੇ ਦਿਲ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਆਪਾਂ ਇਹਮੀ ਸਟਾਰਟ ਆਪ ਕਰੀਏ ਜਾਂ ਨੀਵੋ ਕਰੀਏ ਸਾਰਿਆਂ ਨੂੰ ਪਤਾ ਹੀ ਹੁੰਦਾ ਇਹ ਕਰੀਏ ਜਾਂ ਇਹਦੇ ਅਲਟਰਨੇਟਿਵ ਆਪਾਂ ਨੂੰ ਕੋਈ ਸੁਜੈਸਟ ਕਰਦਾ ਵੀ ਦੁਕਾਨਦਾਰ ਕਹਿੰਦਾ ਬਾਈ ਜੀ ਤੁਸੀਂ ਇਹ ਜਿਹੜਾ ਲੈ ਲਓ ਬ੍ਰਾਂਡ ਇਹਦੇ ਵਿੱਚ ਵੀ ਇਹੀ ਸਾਲ ਆਇਆ ਵਧੀਆ ਵਾ ਉਹ ਜੇ ਆਪਾਂ ਨੂੰ ਘੱਟ ਰੇਟ ਤੇ ਮਿਲਦਾ ਤੇ ਕਿੰਨੇ ਰੇਟਾਂ ਦੇ ਮਿਲਦਾ ਆਪਾਂ ਨੂੰ ਕੀ ਉਹਦੇ ਬਾਰੇ ਜਾਣਕਾਰੀ ਹੈਗੀ ਆ ਉਹ ਆਪਣੇ ਮਾਰਕੀਟ ਦੇ ਵਿੱਚ ਉਹ ਬ੍ਰਾਂਡ ਆਪਾਂ ਪਹਿਲਾਂ ਯੂਜ਼ ਕੀਤਾ ਇਹ ਗੱਲਾਂ ਆਪਾਂ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਸੋ ਇਹ ਜਿਹੜਾ ਐਮੀ ਸਟਾਰਟ ਆਫ ਆ ਲੰਬੇ ਸਮੇਂ ਤੋਂ ਕਿਸਾਨਾਂ ਵਿੱਚ ਕਾਫੀ ਪਾਪੂਲਰ ਕਾਫੀ ਮਸ਼ਹੂਰ ਆ ਕਾਫੀ ਮਸ਼ਹੂਰ ਹੋਇਆ ਹੋਇਆ ਵਾ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਪ੍ਰੋਡਕਟ ਖਰੀਦਦੇ ਸਮੇਂ ਕਿਉਂਕਿ ਝੋਨਾ ਵੀ ਆਪਣਾ ਅਨਸਾਰੇ ਤੇ ਆਇਆ ਹੋਇਆ ਇਹ ਪ੍ਰੋਬਲਮ ਹੁੰਦੀ ਆ ਕਿ ਸਪਰੇਅ ਕਰਕੇ ਆਪਣੇ ਮਤਲਬ ਝੋਨੇ 'ਚ ਕੋਈ ਨੁਕਸਾਨ ਤਾਂ ਨਹੀਂ ਹੋ ਜਾਊਗਾ ਪਹਿਲਾਂ ਆਪਾਂ ਸਪਰੀ ਲੈਣ ਜਾਂਦੇ ਆਂ ਸਪਰੀ ਜਦੋਂ ਲੈਣ ਜਾਂਦੇ ਆਂ ਉੱਥੇ ਆਪਾਂ ਕੁਝ ਹੋਰ ਸੋਚ ਕੇ ਜਾਂਦੇ ਆਂ ਤੇ ਆਪਾਂ ਨੂੰ ਸੁਜੈਸਟ ਕੁਝ ਹੋਰ ਕੀਤਾ ਜਾਂਦਾ ਆਪਾਂ ਮੇਨ ਜੇ ਧਾਰ ਕੇ ਜਾਈਏ ਆਪਾਂ ਜਿਹੜੀ ਚੀਜ਼ ਲੈਣੀ ਆ ਤੇ ਆਪਾਂ ਉਹ ਵੀ ਲੈ ਸਕਦੇ ਆਂ ਜੇ ਅਗਲਾ ਆਪਾਂ ਨੂੰ ਸਾਹਮਣੇ ਸੁਜੈਸਟ ਕਰਦਾ ਉਹ ਆਪਣੀ ਮਰਜ਼ੀ ਹੁੰਦੀ ਆ ਕਿ ਆਪਾਂ ਉਹਦੀ ਰਾਇ ਆਪਾਂ ਨੂੰ ਠੀਕ ਲੱਗਦੀ ਆ ਕਿ ਨਹੀਂ ਲੱਗਦੀ ਆ ਚਲੋ ਆਪਣੀ ਆਪ ਦੀਆਂ ਗੱਲਾਂ ਨੇ ਸੋ ਜੇਕਰ ਆਪਾਂ ਗੱਲ ਕਰੀਏ ਇਸ ਦੇ ਅਲਟਰਨੇਟਿਵ ਦੀ ਤਾਂ ਮਾਰਕੀਟ ਦੇ ਵਿੱਚ ਤੁਹਾਨੂੰ ਗਾਦਾ ਇੱਕ ਪ੍ਰੋਡਕਟ ਆਉਂਦਾ ਗੁੜੀਵਾਸ ਉੱਪਰ ਉਦੇ ਵਿੱਚ ਵੀ ਐਜੋਕਸੀਸਟੋਬਨ ਤੇ ਡੈਫਨ ਕੋਨਾ ਜੋਲ ਹੁੰਦਾ ਉਹਦਾ ਰੇਟ ਆਪਾਂ ਨੂੰ 3200 ਦੇ ਆਸ-ਪਾਸ ਆਪਾਂ ਨੂੰ ਉਹ ਮਿਲ ਜਾਂਦਾ ਤੁਹਾਨੂੰ ਕੋਈ ਕੰਪਨੀ ਵੀ ਵਧੀਆ ਕੰਪਨੀ ਆ ਇੱਕ ਐਗਰੋਸਿਸ ਦਾ ਆਉਂਦਾ ਵਾ ਡਰੋਨ ਨਾਂ ਦੇ ਨਾਲ ਉਹ 2800 ਰੁਪਇਆ 2500 ਤੋਂ 2800 ਦੇ ਵਿੱਚ ਮਿਲ ਜਾਂਦਾ ਇਹ ਆਨਲਾਈਨ ਫਲਿੱਪਕਾਰਡ ਤੋਂ ਵੀ ਮਿਲ ਜਾਂਦਾ ਵਾ ਇੱਕ ਐਚਪੀਐਮ ਦਾ ਆਉਂਦਾ ਵਾ ਭੂਮੀ ਪੁੱਤਰਾ ਇਹ 3400 ਰੁਪਈਆ ਦਾ ਮਿਲ ਜਾਂਦਾ ਵਾ ਇਹਦੇ ਨਾਲੋਂ ਤਾਂ ਆਪਾਂ ਐਮਯੂ ਸਟਾਰ ਟਾਪ ਯੂਰੀਜਨਲ ਲੈ ਸਕਦੇ ਆ। ਆ ਜੋ ਸਟਾਰ ਟਾਪ ਆਉਂਦਾ ਨੈਸ਼ਨਲ ਪੈਸਟੀਸਾਈਡ ਐਂਡ ਕੈਮੀਕਲ ਦਾ ਆਉਂਦਾ ਇਹ ਵੀ ਵਧੀਆ ਬ੍ਰਾਂਡ ਆ ਪੁਰਾਣਾ ਬ੍ਰਾਂਡ ਆ ਤੇ ਸਸਤਾ ਬ੍ਰਾਂਡ ਆ। ਇੱਕ ਅਨੂ ਫੌਸਲ ਆਉਂਦਾ ਵਾ ਅਨੂ ਕੰਪਨੀ ਆ ਇਹਦਾ ਫੌਸਲ ਨਾਂ ਦੇ ਨਾਂ ਨਾਲ ਆਉਂਦਾ। ਇਹ ਆਪਾਂ ਨੂੰ 25-2600 ਰੁਪਏ ਦਾ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ। ਇਹਦਾ ਵੀ ਬਹੁਤ ਵਧੀਆ ਰਿਜ਼ਲਟ ਆ। ਅਸੀਂ ਥੋੜੇ ਦਿਨ ਪਹਿਲਾਂ ਹੀ ਇਹਨੂੰ ਯੂਜ਼ ਕਰਕੇ ਹਟੇ ਆ। ਤੇ ਜੇਕਰ ਆਪਾਂ ਆਪਦੇ ਪ੍ਰੈਕਟੀਕਲ ਦੀ ਗੱਲ ਕਰੀਏ ਗਰਾਸਮ ਕੰਪਨੀ ਦਾ ਅਜੂਰਾ ਨਾਂ ਦੇ ਨਾਲ ਨਾ ਆਉਂਦਾ 2800 ਰੁਪਏ ਦਾ ਇਹ ਆਪਾਂ ਨੂੰ ਇਸ ਵਾਰ ਨਹੀਂ ਮਿਲਿਆ ਤੇ ਇਹਦੇ ਉੱਤੇ ਕੁਝ ਸ਼ਕਤੀਮਾਨ ਲਿਖਿਆ ਹੁੰਦਾ ਵਾ ਸੋ ਦੇਖ ਲਿਓ ਸ਼ਕਤੀਮਾਨ ਵਾਲਾ ਹੀ ਕੰਮ ਹੋਇਆ ਪਿਛਲੀ ਵਾਰ ਵਧੀਆ ਆਪਣਾ ਝਾੜ ਨਿਕਲਿਆ ਤੇ ਇਹਨੇ ਆਪਦੀ ਪੂਰੀ ਸ਼ਕਤੀ ਦਿਖਾਈ ਇਹ ਵੀ ਪ੍ਰੋਡਕਟ ਬਹੁਤ ਵਧੀਆ ਸੀ ਇੱਕ ਪਾਸੇ ਅਸੀਂ ਐਮ ਇਸਟਾਰਟ ਟੌਪ オリジナル ਦਾ ਸਪਰੇ ਕੀਤਾ ਤੇ ਇੱਕ ਪਾਸੇ ਆਪਾਂ ਗਰਾਸਨ ਦਾ ਅਜੂਰਾ ਕੀਤਾ ਸੀਗਾ ਸੇਮ ਰਿਜ਼ਲਟ ਸੀਗਾ ਡਿਫਰੈਂਸ 7-800 ਰੁਪਏ ਦਾ ਸੀਗਾ ਦੋਨਾਂ ਦੇ ਵਿੱਚ ਸੋ ਇਹ ਇਹ ਵੀ ਜੇ ਆਪਾਂ ਨੂੰ ਮਿਲਦਾ ਆਪਾਂ ਵਾਰ ਸਕਦੇ ਆ ਬੈਲਮੇ ਪੱਕਾ ਲਿਆ ਸੀਗਾ ਐਮੀ ਸਟਾਰਟ ਆਪ ਦਾ ਵੀ ਬੈਲ ਆਪਾਂ ਪੱਕਾ ਲਿਆ ਸੀਗਾ ਸੋ ਇਸ ਤੋਂ ਇਲਾਵਾ ਵੀ ਮਾਰਕੀਟ ਦੇ ਵਿੱਚ ਹੋਰ ਕਈ ਜਨਰਿਕ ਜਿਹੜੇ ਬ੍ਰਾਂਡ ਆ ਉਹਨਾਂ ਦੇ ਪ੍ਰੋਡਕਟ ਇਹਨਾਂ ਦੋਨਾਂ ਟੈਕਨੀਕਲਾਂ ਦਾ ਮਿਕਸ ਆਪਾਂ ਨੂੰ ਮਿਲ ਜਾਂਦਾ ਵਾ ਸੋ ਜਿਹੜਾ ਐਮੀ ਸਟਾਰ ਟਾਪ ਆ ਇਹਦੇ ਬ੍ਰਾਂਡ ਤੋਂ ਵੀ ਆਪਾਂ ਨੂੰ ਕੁਝ ਸਾਈਨ ਮਿਲ ਜਾਂਦੇ ਆ ਕਿਉਂਕਿ ਹਰ ਸਾਲ ਇਹਦੇ ਵਿੱਚ ਕੁਝ ਚੇਂਜਸ ਦੇਖਣ ਨੂੰ ਮਿਲਦੇ ਆ ਕਿਤੇ ਉੱਤੇ ਬਾਰ ਕੋਡ ਲਾਤਾ ਕਿਤੇ ਸ਼ੀਸ਼ੀ ਦੇ ਕੋਈ ਮਾਰਕਾ ਲਾਤਾ ਕਿਤੇ ਪ੍ਰੋਵਨ ਐਮੀ ਸਟਾਰ ਟੈਕਨੋਲੋਜੀ ਲਾਤਾ ਉੱਥੋਂ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਉਹ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਆ ਆਪਾਂ ਉਹਨੂੰ ਵਰਤਦੇ ਵੀ ਹੁੰਨੇ ਆ ਤੇ ਕੰਪਨੀ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਵੀ ਮੇਰਾ ਜਿਹੜਾ ਪ੍ਰੋਡਕਟ ਹੈ ਦੀ ਕਾਪੀ ਨਾ ਹੋਵੇ ਉਹਦੇ ਵਿੱਚ ਕੁਝ ਚੇਂਜਸ ਲੈ ਕੇ ਆਉਂਦੀ ਰਹਿੰਦੀ ਆ ਆਪਾਂ ਨੂੰ ਵੀ ਇਹਨਾਂ ਗੱਲਾਂ ਤੋਂ ਡਰ ਹੁੰਦਾ ਵਾ ਕਿਉਂਕਿ ਪ੍ਰੋਡਕਟ ਵੀ ਮਹਿੰਗਾ ਹੁੰਦਾ ਤੇ ਜਿਹੜੀ ਕੰਪਨੀ ਉਹਦੇ ਵਿੱਚ ਚੇਂਜਸ ਕਰਦੀ ਆ ਉਹ ਜਿਹੜਾ ਖਰਚਾ ਉਹ ਵੀ ਆਪਣੇ ਤੇ ਪੈਂਦਾ ਕਿਉਂਕਿ ਜਿਹੜਾ ਅਗੇ 34 3500 ਰੁਪਏ ਦੇ ਵਿੱਚ ਆਪਾਂ ਨੂੰ ਬਿੱਲ ਤੇ ਐਮਈ ਸਟਾਰਟ ਆਫ ਮਿਲਦਾ ਸੀਗਾ ਇਸ ਟਾਈਮ ਦੇ ਉੱਤੇ ਉਹ 바ਰ ਕੋਡ ਦੇ ਨਾਲ 바ਰ ਕੋਡ ਉਹ ਹੁੰਦਾ ਜਿਹਦੇ ਨਾਲ ਆਪਾਂ ਵੈਰੀਫਾਈ ਕਰ ਸਕਦੇ ਆ ਫੋਨ ਦੇ ਉੱਤੇ ਆਪਾਂ ਇੱਕ ਨਵੇਂ ਫੋਨਾਂ ਦੇ ਵਿੱਚ ਆਉਂਦਾ ਵਾ 바ਰ ਕੋਡ ਆਪਾਂ ਟਰੈਕ ਕਰਕੇ ਉਤੋ ਆਪਾਂ ਬੈਚ ਨੰਬਰ ਪਾ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਆਪਾਂ ਨੂੰ ਮੈਸੇਜ ਆ ਜਾਂਦਾ ਵੀ ਇਹ ਪ੍ਰੋਡਕਟ ਆਪਣਾ オリジナル ਆ ਜਾਂ ਨਹੀਂ ਆ ਇਹ ਕੰਪਨੀ ਤੋਂ ਆਪਾਂ ਨੂੰ ਇਹ ਸਾਈਨ ਮਿਲ ਜਾਂਦਾ ਕਿ ਮਾਰਕੀਟ ਦੇ ਵਿੱਚ ਇਹਦੇ ਨਾਮ ਵਾਲੇ ਹੋਰ ਕਾਫੀ ਪ੍ਰੋਡਕਟ ਆਪਾਂ ਨੂੰ ਡੁਪਲੀਕੇਟ ਹੋਣਗੇ ਸੋ ਆਪਾਂ ਵੀ ਤਾਂ ਹੀ ਇਸ ਵਾਰ ਅਲਟਰਨੇਟਿਵ ਵਰਤਿਆ ਵਾ ਪਿਛਲੇ ਸਾਲ ਵੀ ਵਰਤਿਆ ਸੀ ਨਾਲੇ ਪੈਸੇ ਦੀ ਵੀ ਬਚਤ ਹੋ ਜਾਂਦੀ ਆ ਅਗਰ ਆਪਾਂ ਐਮੀ ਸਟਾਰ ਟਾਪ ਦੇ ਫੈਨ ਆ ਵੀ ਆਪਾਂ ਉਹੀ ਸਪਰੇਅ ਕਰਨਾ ਆਪਾਂ ਨੂੰ ਇਦਾਂ ਵੀ ਚਾਹੀਦਾ ਵੀ ਉਹ オリジナル ਮਿਲ ਜੇ ਉਹਦੇ ਵਿੱਚ ਆਪਾਂ ਕਿਹੜੀਆਂ ਕਿੜੀਆਂ ਗੱਲਾਂ ਦੇਖ ਸਕਦੇ ਆ ਸਰਪੋ ਦੇ ਵਿੱਚ ਆਪਾਂ ਇਹ ਹੀ ਨਹੀਂ ਦੇਖਣਾਗਾ ਵੀ ਉਹਦੇ ਉੱਤੇ ਤੋਤੇ ਰੰਗਾ ਐਮੀ ਸਟਾਰ ਟੈਕਨੋਲੋਜੀ ਵਾਲਾ ਸਟicker ਲੱਗਿਆ ਜਾਂ ਨਹੀਂ ਲੱਗਿਆ ਜਾਂ ਉੱਤੇ ਜਿਹੜਾ ਆਪਾਂ ਨੂੰ ਰਿਫਲੈਕਟਡ ਚਮਕਣਾ ਸਟicker ਹੁੰਦਾ ਉਹ ਲੱਗਿਆ ਜਾਂ ਨਹੀਂ ਲੱਗਿਆ ਤਾਂ ਉੱਪਰ ਆਪਾਂ ਬਾਰ ਕੋਡ ਦੇਖ ਲਿਆ ਵੀ ਕੰਪਨੀ ਨੇ ਇੱਕ ਬਾਰ ਕੋਡ ਲਾਤਾ ਤੇ ਆਪਾਂ ਨੂੰ ਬੈਲ ਮਿਲ ਗਿਆ ਆਪਾਂ ਘਰੇ ਆ ਕੇ ਸ਼ੀਸ਼ੀ ਖੋਲੀ ਤੇ ਸਪਰੇਅ ਕਰਤੀ ਕਿਉਂਕਿ ਇਹਦੀ ਮਾਰਕੀਟ ਦੇ ਵਿੱਚ ਡੁਪਲੀਕੇਸੀ ਕਾਫੀ ਜ਼ਿਆਦਾ ਆਈ ਹੋਈ ਆ ਤਾਂ ਹੀ ਆਪਾਂ ਨੂੰ ਕੰਪਨੀ ਹਰੇਕ ਵਾਰ ਕੁਝ ਨਾ ਕੁਝ ਵਿੱਚ ਚੇਂਜ ਕਰਕੇ ਦਿੰਦੀ ਆ ਵੀ ਮੇਰਾ ਪ੍ਰੋਡਕਟ ਅਲੱਗ ਤੇ ਸੇਫ ਰਹੇ ਤੇ ਜਿਹੜੇ ਇਹਦੇ ਅਫੈਕਟ ਆ ਕਿਸਾਨ ਨੂੰ ਮਿਲਣਾ ਉਹ ਕਿਸਾਨ ਦਾ ਚੰਗਾ ਤਾਂ ਸੋਚਦੀ ਆ ਪਰ ਜਿਹੜਾ ਉਹ ਜਿਹੜਾ ਖਰਚਾ ਵਾ ਉੱਪਰਲਾ ਉਹਦਾ ਵੈਰੀਫਿਕੇਸ਼ਨ ਵਾਲਾ ਜਾਂ ਕੁਝ ਵੀ ਆ ਉਹ ਕਿਸਾਨ ਤੇ ਪੈ ਰਿਆ ਵਾ ਉਪਾਇ ਤਾਂ ਲਾਹ ਇਦਾਂ ਲੈ ਸਕਦੇ ਆ ਜਿਹੜਾ ਉੱਤੇ ਬਾਰ ਕੋਡ ਆ ਉਹਨੂੰ ਟਰੈਕ ਕਰਕੇ ਜਦੋਂ ਆਪਾਂ ਦੇਖਦੇ ਆਂ ਆਨਲਾਈਨ ਉਹਦੀ ਵੈਰੀਫਿਕੇਸ਼ਨ ਹੋ ਜਾਂਦੀ ਆ ਵਿੱਚ ਵੈਚ ਨੰਬਰ ਆ ਜਾਂਦਾ ਵੀ ਹਾਂ ਇਹ ਪ੍ਰੋਡਕਟ ਕੰਪਨੀ ਦਾ ਆਥੈਂਟੀਸਿਟੀ ਓਕੇ ਆ ਠੀਕ ਆ ਪ੍ਰੋਡਕਟ ਆਪਾਂ ਸਪਰੇਅ ਕਰ ਸਕਦੇ ਆ ਇਸ ਤੋਂ ਇਲਾਵਾ ਕੰਪਨੀ ਦੀ ਵੈਬਸਾਈਟ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਇਆ ਵਾ ਉੱਥੇ ਵੀ ਤੁਸੀਂ ਆਪਣਾ ਨੰਬਰ ਆਪਣਾ ਨਾਮ ਉਸ ਵਿੱਚ ਭਰ ਕੇ ਤੁਸੀਂ ਸੈਂਡ ਕਰ ਸਕਦੇ ਆ ਵਟਸਐਪ ਨੰਬਰ ਉਹਨਾਂ ਦਾ ਵਿੱਚ ਦਿੱਤਾ ਹੋਇਆ ਉਹਦੇ ਨਾਲ ਅਟੈਚ ਕਰ ਸਕਦੇ ਆ ਸੋ ਤੋਂ ਵੀ ਵੈਰੀਫਾਈ ਹੋ ਜੂਗਾ ਪਰ ਇਸ ਵਾਰ ਕਾਫੀ ਹੋਰ ਪ੍ਰੋਡਕਟ ਆਪਾਂ ਨੂੰ ਸਸਤੇ ਰੇਟਾਂ ਤੇ ਮਿਲਦੇ ਆ ਮੈਂ ਤਾਂ ਹੀ ਰਿਕਮੈਂਡ ਕਰੂੰਗਾ ਕਿ ਇਹਨੇ ਚੱਕਰਾਂ ਦੇ ਵਿੱਚ ਪੈਣ ਨਾਲੋਂ ਆਪਾਂ ਸੇਫ ਰਮਾਂਗੇ ਕਿਉਂਕਿ ਜੇ ਆਪਾਂ ਜਿਹੜੇ ਮੀਡਲ ਕਲਾਸ ਦੇ ਪ੍ਰੋਡਕਟ ਆ ਉਹ ਕੰਪਨੀਆਂ ਵਰਤ ਲਈਏ ਤੇ ਆਪਾਂ ਨੂੰ ਰਿਜ਼ਲਟ ਵਧੀਆ ਮਿਲਦਾ ਮੈਂ ਤੁਹਾਨੂੰ ਆਪ ਦਾ ਜਿਹੜਾ ਐਕਸਪੀਰੀਅੰਸ ਆ ਉਹ ਸ਼ੇਅਰ ਕਰ ਲਿਆ ਇਹਦੇ ਵਿੱਚ ਮੈਂ ਆਹ ਦੋ ਤਿੰਨ ਪ੍ਰੋਡਕਟ ਆ ਜਿਹੜੇ ਮਜੂਜ਼ ਕਰਕੇ ਦੇਖਿਆ ਉਸ ਤੋਂ ਇਲਾਵਾ ਹੋਰ ਜਿਹੜੇ ਆਲਟਰਨੇਟਿਵ ਆ ਉਹ ਵੀ ਮਿਲ ਜਾਂਦੇ ਆ ਉਹ ਵੀ ਆਪਾਂ ਵਰਤ ਸਕਦੇ ਆ ਡੋਜ਼ 200 ਐਮੋਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਇਹਦੀ ਵਰਤ ਵਰਤਦੇ ਆ ਜੋ ਪ੍ਰੋਡਕਟ ਆਪਾਂ ਆਪਣੇ ਖੇਤ ਚ ਵਰਤਿਆ ਉਹ ਸ਼ੇਅਰ ਕੀਤਾ ਕਿਉਂਕਿ ਹਰ ਕਿਸਾਨ ਕਿਸਾਨ ਨਾਲ ਸ਼ੇਅਰ ਕਰ ਸਕਦਾ ਹੈ ਇਸ ਤੋਂ ਇਲਾਵਾ ਇਹ ਕਿਸੇ ਵੀ ਕੰਪਨੀ ਦਾ ਕੋਈ ਸਪਾਂਸਰਸ਼ਿਪ ਵੀਡੀਓ ਨਹੀਂ ਹੈਗਾ ਨਾ ਹੀ ਆਪਣਾ ਕਿਸੇ ਕੰਪਨੀ ਨਾਲ ਨਾ ਬ੍ਰਾਂਡ ਨਾਲ ਨਾ ਸੈਲਰ ਨਾਲ ਕੋਈ ਕਨੈਕਸ਼ਨ ਨਹੀਂ ਸੋ ਇਹ ਮੇਰਾ ਆਪਣਾ ਪੁਆਇੰਟ ਆਫ View ਸੀਗਾ ਤੁਸੀਂ ਜਿਹੜੀ ਚੀਜ਼ ਤੁਹਾਨੂੰ ਠੀਕ ਲੱਗੇ ਉਹ ਵਰਤ ਸਕਦੇ ਹੋ ਕਿਉਂਕਿ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੀਆਂ ਡੁਪਲੀਕੇਸੀਆਂ ਚੱਲਦੀਆਂ ਇਹ ਸਭ ਨੂੰ ਪਤਾ ਵਾ ਅਗਰ ਇਸ ਵੀਡੀਓ ਰਾਹੀਂ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਇਹਦੇ ਨਾਲ ਹੌਸਲਾ ਵਜਾਈ ਹੋ ਜਾਂਦੀ ਆ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਖਾਣ ਵਾਲੀਆਂ ਖੇਤੀ ਸਬੰਧੀ ਜਾਣਕਾਰੀਆਂ ਆਪ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਂਝੀਆਂ ਕਰ ਸਕੀਏ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ